शिव के दरवेश चैनल विच तुहाडा बहुत बहुत स्वागत है जी। आशा है तुसीं सब ठीक होवोंगे। अज दी आपां इस वीडियो दे विच गल करांगे अलमस्त बापू लाल बादशाह जी दा एक अनोखा किस्सा। यह किस्सा उदों दा जदों बापू जी आप दुनिया दे विच शरीरक तौर ते विराजमान सीगे। तां समां ना खराब करदे हुए सीधा वीडियो वल चलदे आं जी। जिन्हां ने साडे नाल इह किस्सा शेयर कीता उन्हां ने अपना नाम दसन तो मना किया जी। उन्होंने दसिया कि यह किस्सा असी होर भी बड़े जनों के मूहों सुनिया, कहिंदे असी यह किस्सा जिहड़ा ऑनलाइन भी सुनिया होया। तां वह दसदे आ भी एक कहिंदे फरीदकोट वाली साइड दाणा चिड़ी जां चिड़ी दाणा इदां नाम दा कोई पिंड आ, उत्थे कहिंदे एक जगह बनी हुई आ। उस जगह दे विच कहिंदे 11वीं वाली सरकार दी जगह बनी हुई है, उत्थे 11वीं वाली सरकार की गद्दी आ। तो उत्थों दे जिहड़े फकीर सी जिहड़े उत्थे सेवा करदे सी गद्दी दी, तां उह कहिंदे वी उत्थों दा इह किस्सा उहनां दा कहिंदे इक कुक्कड़ रख्या होया सी। तां उह जिहड़ा कुक्कड़ सी उह फकीरां नूं बड़ा प्यारा सी उत्थों दिआं नूं। तां उह जदों वी कुक्कड़ बांग दिंदा सुबह तां फकीर उठदे सी, फकीरां दी अपनी मौज आ, तां उहनां नूं उह बड़ा कुक्कड़ प्यारा सी। तां उसी दरबार दे उपर एक किन्नर जिन्हां नूं आपां महंत वी कह दिंदे आ, खुसरा वी कह दिंदे आ, ਉਹ ਆਏ ਸੀਗੇ। ਉਹ ਵੀ ਆਉਂਦੇ ਹੁੰਦੇ ਸੀ ਉੱਥੇ ਹੀ, ਉਹਨਾਂ ਦਾ ਕੋਈ ਲਾਗੇ ਘਰ ਬਾਰ ਹੋਣਾ ਜਾਂ ਉੱਥੇ ਸੇਵਾ ਕਰਨ, ਉਹ ਵੀ ਦਰਬਾਰ ਦੇ ਉੱਪਰ ਆਉਂਦੇ ਹੁੰਦੇ ਸੀ ਉਸੇ ਦੇ। ਤਾਂ ਇੱਕ ਦਿਨ ਉਹ ਖੁਸਰੇ ਦੀ ਨਿਗਾਹ ਉਸ ਕੁੱਕੜ 'ਤੇ ਪੈ ਗਈ। ਤਾਂ ਉਹ ਕਹਿੰਦੇ ਵੀ ਮੈਂ ਤਾਂ ਇਹ ਕੁੱਕੜ ਖਾਣਾ। ਤਾਂ ਉਹ ਖੁਸਰੇ ਦੇ ਨਾਲ ਦਾ ਕਹਿੰਦਾ ਨਹੀਂ ਯਾਰ, ਇਹ ਬੜਾ ਫਕੀਰਾਂ ਦਾ ਪਿਆਰਾ ਕੁੱਕੜ ਆ, ਇਹਨੂੰ ਨਹੀਂ ਆਪਾਂ ਹੱਥ ਕੁਛ ਵੀ ਲਾਉਣਾਗਾ। ਤਾਂ ਉਹ ਖੁਸਰਾ ਤਾੜੀ ਕਰਨ ਲੱਗ ਗਿਆ, ਕਹਿੰਦਾ ਵੀ ਮੈਂ ਤਾਂ ਖਾਣਾ ਹੀ ਖਾਣਾ। ਤਾਂ ਇੱਕ ਦਿਨ ਕੀ ਕੀਤਾ, ਉੱਥੋਂ ਕਿਸੇ ਨੇ ਉਹ ਜਾਨਵਰ ਨੂੰ ਦਵਾਈ ਦੇਤੀ, ਉਸ ਕੁੱਕੜ ਨੂੰ ਦਵਾਈ ਦੇਤੀ ਕੋਈ ਉੱਦਾਂ ਦੀ, ਅਤੇ ਉਹ ਜਿਹੜਾ ਕੁੱਕੜ ਉਹ ਮਰ ਗਿਆ। ਤਾਂ ਫਿਰ ਕੀ ਉਹਨਾਂ ਨੇ ਕੀਤਾ, ਕਹਿੰਦੇ ਚਲੋ ਮਰ ਤਾਂ ਗਿਆ ਹੀ, ਆਪਾਂ ਖਾ ਲੈਂਦੇ ਹਾਂ। ਉਹਨਾਂ ਨੇ ਖਾ ਲਿਆ ਅਤੇ ਅਗਲੇ ਦਿਨ ਜਦੋਂ ਉਹ ਕੁੱਕੜ ਨੇ ਬਾਂਗ ਨਹੀਂ ਦਿੱਤੀ ਤਾਂ ਉਹ ਫਕੀਰ ਉਹ ਕੁੱਕੜ ਨੂੰ ਲੱਭਦੇ ਰਹੇ, ਕਹਿੰਦੇ ਕੁੱਕੜ ਕਿੱਧਰ ਗਿਆ। ਤਾਂ ਕਿਉਂਕਿ ਪਿਆਰ ਸੀਗਾ ਉਹਨਾਂ ਦਾ, ਉਹ ਬੜਾ ਉਹਨਾਂ ਨੇ ਬੜਾ ਲੱਭਿਆ। ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁੱਕੜ ਨੂੰ ਕੋਈ ਖਾ ਗਿਆ, ਜਾਨਵਰ ਇੱਥੇ ਕਿਸੇ ਨੇ ਖਾਧਾ। ਤਾਂ ਫਕੀਰ ਨੇ ਕਿਹਾ ਵੀ ਜਾਨਵਰ ਕਿੰਨੇ ਵੀ ਖਾਧਾ ਮੈਨੂੰ ਦੱਸ ਦਿਉ, ਬਾਅਦ 'ਚੋਂ ਨਾ ਕਹੋ ਜੇ ਕੀ ਹੋ ਗਿਆ। ਤਾਂ ਉਹ ਜਿਹੜਾ ਖੁਸਰਾ ਸੀ ਹੱਸਣ ਲੱਗ ਗਿਆ ਵੀ ਹੁਣ ਕਿਹੜਾ ਇਹ ਅੰਦਰੋਂ ਬੋਲ ਪਊਗਾ, ਵੀ ਜਿਹੜਾ ਕੁੱਕੜ ਅਸੀਂ ਖਾ ਹੀ ਲਿਆ, ਹੁਣ ਕਿਹੜਾ ਇਹਨੇ ਅੰਦਰੋਂ ਬੋਲ ਪੈਣਾ, ਤੂੰ ਚੁੱਪ ਕਰਕੇ ਖੜਾ ਰਿਹਾ ਆਪਣੇ ਨਾਲ ਦੇ ਨੂੰ ਕਹਿੰਦਾ। ਤਾਂ ਉਹ ਫਕੀਰ ਕਹਿੰਦੇ ਦੱਸ ਦਿਉ ਹਜੇ ਵੀ ਜਿਹੜੀ ਇੰਨੀ ਜਗ੍ਹਾ ਹੈਗੀ ਆ 14-15 ਵਿਘੇ, ਇਦੋਂ ਬਾਹਰ ਨਾ ਕੋਈ ਜਾਵੇ, ਅਤੇ ਜਿਹਨੇ ਵੀ ਖਾਧਾ ਕੀਤਾ ਕੰਮ ਮੈਨੂੰ ਦੱਸ ਦਿਉ। ਤਾਂ ਉਹ ਖੁਸਰਾ ਚੁੱਪ ਹੀ ਰਿਹਾ। ਤਾਂ ਉਹ ਫਕੀਰ ਨੇ ਫਿਰ ਉਹ ਕੁੱਕੜ ਦਾ ਨਾਮ ਲਿਆ ਅਤੇ ਕਹਿੰਦੇ ਵੀ ਉਹ ਕੁੱਕੜ ਆ ਜਿਹੜਾ ਅੰਦਰੋਂ ਬੋਲ ਪਿਆ ਉਹਦੇ। ਤਾਂ ਫਿਰ ਫਕੀਰਾਂ ਨੇ ਉੱਥੇ ਬਚਨ ਕੀਤੇ ਉਸ ਜਿਹੜੇ ਮਹੰਤ ਨੂੰ, ਉਹ ਮਹੰਤ ਵੀ ਉੱਥੇ ਸੇਵਾ ਕਰਦਾ ਸੀ ਫਕੀਰਾਂ ਦੀ, ਅਤੇ ਉਹ ਫਕੀਰ ਕਹਿਣ ਲੱਗ ਗਏ ਕਹਿੰਦੇ ਤੇਰੀ ਵੀ ਜਗ੍ਹਾ ਇੱਥੇ ਹੀ ਬਣੂਗੀ, ਪਰ ਤੈਨੂੰ ਕਦੇ ਛੱਤ ਨਸੀਬ ਨਹੀਂ ਹੋਣੀ, ਕਦੇ ਛੱਤ ਨਸੀਬ ਨਹੀਂ ਹੋਣੀ, ਅਤੇ ਇੱਥੇ ਕਹਿੰਦਾ ਤੇਰੇ ਕਿਸੇ ਨੇ ਨਹੀਂ ਆਉਣਾ। ਤਾਂ ਇੰਨੀ ਗੱਲ ਉਹ ਫਕੀਰਾਂ ਨੇ ਕਹੀ। ਤਾਂ ਇੱਥੋਂ ਗੱਲ ਸ਼ੁਰੂ ਹੁੰਦੀ ਆ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀ। ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਕਹਿੰਦੇ ਇੱਕ ਦਿਨ ਘੁੰਮਦੇ ਘੁੰਮਦੇ ਉੱਥੇ ਗਏ, ਕਿਉਂਕਿ ਫਕੀਰਾਂ ਦੀ ਆਪਣੀ ਮੌਜ ਆ, ਉੱਥੇ ਗਏ ਬਾਪੂ ਲਾਲ ਬਾਦਸ਼ਾਹ ਜੀ। ਅਤੇ ਤੁਹਾਨੂੰ ਪਤਾ ਹੀ ਆ ਬਾਪੂ ਲਾਲ ਬਾਦਸ਼ਾਹ ਜੀ ਮਸਤ ਰਹਿੰਦੇ ਨੇ। ਤਾਂ ਉੱਥੇ ਬਾਪੂ ਜੀ ਜਾ ਕੇ ਉਹ 11ਵੀਂ ਵਾਲੀ ਸਰਕਾਰ ਦੀ ਗੱਦੀ ਦੇ ਉੱਪਰ ਹੀ ਬੈਠ ਗਏ ਜਾ ਕੇ। ਜਦੋਂ ਗੱਦੀ 'ਤੇ ਬੈਠੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਾਪੂ ਲਾਲ ਬਾਦਸ਼ਾਹ ਜੀ, ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੰਗਰ ਰਹਿੰਦੇ ਸੀਗੇ ਜ਼ਿਆਦਾਤਰ, ਉੱਪਰ ਇੱਕ ਚੋਲਾ ਪਾ ਲੈਂਦੇ ਹੁੰਦੇ ਸੀ ਬਾਪੂ ਜੀ। ਅਤੇ ਬਾਪੂ ਜੀ ਨੇ ਉੱਥੇ ਵੀ ਮਤਲਬ ਪਿਸ਼ਾਬ ਕਰਤਾ, ਬੈਠੇ ਤਾਂ ਸੀਗੇ। ਉੱਥੋਂ ਦੇ ਸੇਵਾਦਾਰ ਆਏ, ਕਹਿੰਦੇ ਜੀ ਆਹ ਕੌਣ ਹੈਗਾ, ਉਹਨਾਂ ਨੂੰ ਨਹੀਂ ਸੀ ਪਤਾ ਵੀ ਬਾਪੂ ਜੀ ਨੇ। ਤਾਂ ਕਹਿਣ ਲੱਗ ਗਏ ਕਹਿੰਦੇ ਆ ਕੇ ਗੱਦੀ 'ਤੇ ਬੈਠ ਕੇ ਇੱਦਾਂ ਕਰਤਾ, ਸੇਵਾਦਾਰ ਹੈਰਾਨ ਹੋ ਗਏ ਵੀ ਕੌਣ ਨੇ ਇਹ। ਤਾਂ ਸੇਵਾਦਾਰਾਂ ਦੇ ਮਨ ਦੇ ਵਿੱਚ ਉੱਦਾਂ ਦੀ ਕੋਈ ਗੱਲ ਆਈ ਹੋਣੀ ਆ। ਤਾਂ ਬਾਪੂ ਜੀ ਤੁਹਾਨੂੰ ਪਤਾ ਬੋਲਦੇ ਨਹੀਂ ਸੀਗੇ। ਤਾਂ ਫਿਰ ਇੱਕੋ ਦਮ ਬਾਪੂ ਜੀ ਬੋਲੇ, ਕਹਿੰਦੇ ਤੁਸੀਂ 11ਵੀਂ ਵਾਲੀ ਸਰਕਾਰ ਨੂੰ ਸਾਹਮਣੇ ਖੜਾ ਵੇਖਣਾ ਜਾਂ ਅੱਖਾਂ ਬੰਦ ਕਰਕੇ ਦੇਖਣਾ? ਤਾਂ ਉਹ ਸੇਵਾਦਾਰ ਕਹਿਣ ਲੱਗੇ ਕਹਿੰਦੇ ਜੀ ਸਾਨੂੰ ਨਹੀਂ ਪਤਾ, ਸਾਡੇ ਤੋਂ ਗਲਤੀ ਹੋ ਗਈ। ਤਾਂ ਬਾਪੂ ਜੀ ਕਹਿੰਦੇ ਤੁਸੀਂ ਛੱਡੋ, ਗਲਤੀ ਨੂੰ ਛੱਡੋ, ਤੁਸੀਂ ਦੱਸੋ ਵੀ ਤੁਸੀਂ ਅੱਖਾਂ ਬੰਦ ਕਰਕੇ 11ਵੀਂ ਵਾਲੀ ਸਰਕਾਰ ਨੂੰ ਦੇਖਣਾ ਜਾਂ ਇੱਦਾਂ ਹੀ ਅੱਖਾਂ ਖੁੱਲ੍ਹੀਆਂ ਨਾਲ ਦੇਖਣਾ?
ਤਾਂ ਬਾਪੂ ਜੀ ਕਹਿਣ ਲੱਗੇ ਕਹਿੰਦੇ ਅੱਖਾਂ ਖੁੱਲੀਆਂ ਨਾਲ ਨਹੀਂ ਤੁਹਾਡੇ ਤੋਂ ਦੇਖਿਆ ਜਾਣਾ, ਤੁਸੀਂ ਅੱਖਾਂ ਬੰਦ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਤਾਂ ਜਦੋਂ ਸੇਵਾਦਾਰ ਨੇ ਅੱਖਾਂ ਬੰਦ ਕੀਤੀਆਂ ਤਾਂ 11ਵੀਂ ਵਾਲੀ ਸਰਕਾਰ ਦੇ ਦਰਸ਼ਨ ਬਾਪੂ ਜੀ ਦੇ ਅੰਦਰੋਂ ਹੋਏ ਉਹਨਾਂ ਨੂੰ। ਤਾਂ ਇਹ ਸੀ ਬਾਪੂ ਜੀ ਦਾ ਕਿੱਸਾ ਕਿ ਬਾਪੂ ਜੀ ਕਿੱਡੀ ਪਹੁੰਚੀ ਹੋਈ ਹਸਤੀ ਸੀ। ਬਾਪੂ ਜੀ ਕਹਿੰਦੇ ਸਾਰਾ ਕੁਛ ਅਸੀਂ ਹਾਂ। ਤਾਂ ਜੇ ਤੁਹਾਨੂੰ ਇਹ ਕਿੱਸਾ ਵਧੀਆ ਲੱਗਿਆ ਹੋਇਆ ਤਾਂ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਔਰ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਜੀ, ਤਾਂ ਜੋ ਸਾਈਂ ਜੀ ਦੀਆਂ ਫਕੀਰਾਂ ਦੀਆਂ ਪੀਰਾਂ ਦੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।